हेलो स्टूडेंट्स नाउ आवर नेक्स्ट टॉपिक इज ऑफ मैपिंग लाइक इन डायग्राम यू कैन सी एक्सटर्नल व्यू कॉन्सेप्चुअल व्यू एंड इंटरनल व्यू तो देखो कॉन्सेप्चुअल व्यू ਦੇ ਵਿੱਚ ਇੱਕ ਸਟੂਡੈਂਟ ਦਾ ਜੇ ਆਪਾਂ ਲਾਇਬ੍ਰੇਰੀ ਰਿਕਾਰਡ ਮੇਨਟੇਨ ਕਰ ਰਹੇ ਹੈਗੇ ਜ ਜਿਹਦੇ ਚ ਸਭ ਤੋਂ ਪਹਿਲਾਂ ਇਧਰ ਸਾਈਡ ਲੈਫਟ ਸਾਈਡ ਤੇ ਫੀਲਡ ਨੇਮ ਲਿਖੀ ਹੋਈ ਨੇ ਔਰ ਇਹਦੇ ਡਾਟਾ ਟਾਈਪ ਯਾਨੀ ਅਗਰ ਆਪਾਂ ਸਟੂਡੈਂਟ ਦਾ ਰੋਲ ਨੰਬਰ ਲੈਣੇ ਹੈਗੇ ਆ ਤਾਂ ਉਹ ਇੱਕ ਨੰਬਰ ਹੈ ਜਿਹੜਾ ਕਿ 6 ਡਿਜੀਟਸ ਤੱਕ ਹੋ ਸਕਦਾ ਹੈਗਾ ਲਿਮਿਟ ਦੇ ਸਾਧਿਆਂ 4 2 6 2 ਹੈ ਨਾ ਨੇਮ 20 ਕੈਰੈਕਟਰਸ ਐਡਰੈਸ 40 ਕੈਰੈਕਟਰਸ ਦਾ ਬੁੱਕ ਨੰਬਰ 6 ਡਿਜੀਟਸ ਦਾ ਤੇ ਡੇਟ ਆਫ ਇਸ਼ੂ ਡੇਟ ਆਫ ਰਿਟਰਨ ਡੇਟ ਹੈ ਔਰ ਫੀਸ 5 ਇੰਟੀਜਰ ਤੇ 2 ਡੈਸੀਮਲ ਪੁਆਇੰਟਸ ਹੁਣ ਇਹਦੇ ਨਾਲ ਇਹ ਹੈਗਾ ਕਨਸੈਪਚੁਅਲ ਵਿਊ ਦੇ ਨਾਲ ਵੀ ਆਪਾਂ ਨੂੰ ਇਹ ਇਹ ਪਤਾ ਚੱਲ ਜਾਂਦਾ ਵੀ ਇੱਕ ਰਿਕਾਰਡ ਕਿੰਨੀ ਸਪੇਸ ਕੰਜ਼ਿਊਮ ਕਰੇਗਾ ਦੇਖੋ نیچے ਇੰਟਰਨਲ ਸਟੋਰੇਜ ਦੇ ਵਿੱਚ ਜਿਹੜਾ ਹੈਗਾ ਰੋਲ ਨੰਬਰ ਉਹਨੇ 6 ਬਾਈਟਸ ਕੰਜ਼ਿਊਮ ਕੀਤੇ ਆਫਸੈਟ ਮਤਲਬ ਉਹ ਸ਼ੁਰੂ ਕਿੱਥੋਂ ਹੋ ਰਿਹਾ ਹੈ ਪਹਿਲਾਂ ਉਹਦੇ ਪਹਿਲਾਂ ਤਾਂ ਹੋਰ ਕੋਈ ਬਾਈਟਸ ਨਹੀਂ ਕੰਜ਼ਿਊਮ ਹੈ ਇਸ ਲਈ ਆਫਸੈਟ 0 ਹੈ ਫਿਰ ਜਦ 6 ਬਾਈਟਸ ਕੰਜ਼ਿਊਮ ਹੋ ਗਏ ਰੋਲ ਨੰਬਰ ਨੇ ਉਸ ਤੋਂ ਬਾਅਦ ਕੀ ਆ ਗਿਆ ਨੇਮ ਨੇਮ ਨੇ ਕਿੰਨੇ ਕੰਜ਼ਿਊਮ ਕੀਤੇ b bytes ਜਿਹੜੇ b ਬਾਈਟ ਕੰਜ਼ੂਮ ਕੀਤੇ ਉਹ ਕਿਤੋਂ ਬਾਅਦ ਕੀਤੇ 6 ਦੇ ਆਫਸੈਟ ਤੋਂ ਬਾਅਦ ਕਿਉਂਕਿ ਪਹਿਲੇ 6 ਰੋਲ ਨੰਬਰ ਹੋ ਗਿਆ ਫਿਰ b ਨੇਮ ਹੋ ਗਿਆ ਉਸ ਤੋਂ ਬਾਅਦ ਐਡਰੈਸ ਨੇ ਚਾਲੀ ਲਿੱਤੇ ਤੇ ਆਫਸੈਟ ਕਿੰਨਾ ਹੋ ਗਿਆ 6 ਰੋਲ ਨੰਬਰ ਦਾ ਤੇ b ਨੇਮ ਦਾ 26 ਆਫਸੈਟ ਹੋ ਗਿਆ ਐ ਕਰਕੇ ਆ ਇੱਕ ਸੀਕੁਐਂਸ ਦੇ ਵਿੱਚ ਡਾਟਾ ਜਿਹੜਾ ਹੈਗਾ ਤੁਹਾਡਾ ਫਿਜ਼ੀਕਲ ਸਟੋਰੇਜ ਚ ਇੰਟਰਨਲ ਲੈਵਲ ਤੇ ਸਟੋਰ ਹੋ ਜਾਏਗਾ ਫਿਰ ਇੰਟਰਨਲ ਲੈਵਲ ਤੋਂ ਮਤਲਬ ਕਿ ਐਵੇਂ ਉਹ 컨ਸੈਪਚੁਅਲ ਲੈਵਲ ਤੇ ਦੱਸੇ ਜਾਂਦੇ ਨੇ ਵੀ ਉਹ ਡਾਟਾ ਟਾਈਪ ਕੀ ਹੈਗਾ ਔਰ ਜਦ ਆਪਾਂ ਐਕਸਟਰਨਲ 뷰 ਕਰਦੇ ਹੈਗੇ ਆ ਪਹਿਲੇ 뷰 ਦੇ ਵਿੱਚ ਲਾਇਬ੍ਰੇਰੀ ਯੂਜ਼ਰ ਕੀ 뷰 ਕਰਨਾ ਚਾਹੁੰਦਾ ਮੀ ਰੋਲ ਨੰਬਰ ਨੇਮ ਐਡਰੈਸ ਤੇ ਜਿਹੜਾ ਬੁੱਕ ਨੰਬਰ ਹੈਗਾ ਉਹ ਔਰ ਇਹ ਸਾਰੀ ਡਿਟੇਲਸ ਵੀ ਕਾਦਰ ਇਸ਼ੂ ਹੋਈ ਹੈ ਬੁੱਕ ਕਾਦਰ ਰਿਟਰਨ ਹੋ ਰਹੀ ਹੈ ਐਕਸਟਰਨਲ 뷰 ਆਫ ਆਫਿਸ ਯੂਜ਼ਰ ਜਿਹੜਾ ਹੈਗਾ ਕੀ ਦੇਖਣਾ ਚਾਹੂਗਾ ਵੀ ਜਿਹੜੀ ਉਹਦੀ ਫੀਸ ਹੈਗੀ ਹੈ ਉਹ ਸਟੂਡੈਂਟ ਦੀ ਕਿੰਨੀ ਹੈਗੀ ਐ ਤੇ ਉਹਨੂੰ ਸਿਰਫ ਰੋਲ ਨੰਬਰ ਨੇਮ ਫੀਸ ਤੱਕ ਹੀ ਐ ਤਾਂ ਇਹਦੇ ਨਾਲ ਆਪਾਂ ਇਹ ਵੀ ਡਾਟਾ ਤਾਂ ਆਪਣੇ ਕੋਲ ਕਾਫੀ ਜ਼ਿਆਦਾ ਹੈ ਬਟ ਆਪਾਂ ਯੂਜ਼ਰ ਜਿਹੜਾ 뷰 ਹੋ ਰਿਹਾ ਕਰ ਰਿਹਾ ਉਸ ਡਾਟਾਬੇਸ ਨੂੰ ਉਹ ਆਪਣੇ ਹਿਸਾਬ ਨਾਲ ਹੀ 뷰 ਕਰ ਸਕਦਾ ਉਹਨੂੰ ਆਫਿਸ ਵਾਲਿਆਂ ਨੂੰ ਇਹ ਕੀ ਲੀਣਾ ਦੇਣਾ ਵੀ ਉਹਨੇ ਕਿੰਨੀ ਬੁੱਕਸ ਇਸ਼ੂ ਕਰਾਈਆਂ ਨੇ ਠੀਕ ਹੈ ਤਾਂ ਇਸ ਤਰ੍ਹਾਂ ਜਿਹੜਾ ਹੈਗਾ ਆਪਣਾ ਡਾਟਾਬੇਸ ਡਿਜ਼ਾਈਨ ਹੁੰਦਾ ਹੈਗਾ ਤੇ ਜਿਹੜੀ ਮੈਪਿੰਗ ਹੁੰਦੀ ਹੈਗੀ ਆ ਇਹ ਦੋ ਤਰੀਕੇ ਨਾਲ ਹੁੰਦੀ ਹੈਗੀ ਆ ਇੱਕ ਹੈਗੀ ਆ ਅ ਐਕਸਟਰਨਲ ਕਨਸੈਪਚੁਅਲ ਮੈਪਿੰਗ ਜਿਹਦੇ ਵਿੱਚ ਮੈਪਿੰਗ ਹੁੰਦੀ ਹੈ ਐਕਸਟਰਨਲ ਤੇ ਕਨਸੈਪਚੁਅਲ ਜਿਹਦਾ ਮਤਲਬ ਜਿਹੜਾ ਅ ਕਨਸੈਪਚੁਅਲ ਦੇ ਵਿੱਚ ਸਾਡਾ ਡਾਟਾਬੇਸ ਪਿਆ ਹੈ ਉਹਦੇ ਵਿੱਚ ਉੱਥੋਂ ਡਾਟਾ ਲੈ ਕੇ ਐਕਸਟਰਨਲ ਲੈਵਲ ਤੇ ਕਿਵੇਂ ਵਿਊ ਕਰਵਾਉਣਾ ਹੈਗਾ ਤੇ ਦੂਜਾ ਹੈਗਾ ਤੁਹਾਡਾ ਅ कांसेप्टुअल ਤੇ ਇੰਟਰਨਲ ਮੈਪਿੰਗ ਇਹਦੇ ਵਿੱਚ ਜਿਹੜਾ ਹਾਰਡ ਡਿਸਕ ਤੇ ਜਿਹੜਾ ਫਿਜ਼ੀਕਲ ਸਟੋਰੇਜ ਹੋ ਗਿਆ ਤੁਹਾਡਾ ਡਾਟਾ ਪਿਆ ਹੈਗਾ ਉਹਨੂੰ ਤੁਸੀਂ ਕਿਵੇਂ ਕਨਸੈਪਚੁਅਲ ਵੀਊ ਦੇ ਵਿੱਚ ਉਹ ਕਿਵੇਂ ਆ ਕੇ ਤੁਹਾਡਾ ਇੰਟਰਨਲ ਸਟੋਰੇਜ ਜਿਹੜੀ ਹੈਗੀ ਕੰਜ਼ੂਮ ਕਰ ਰਿਹਾ ਸੋ ਥਿਸ ਇਨਵਸ ਦ ਡੀਬੀਐਮ ਇਸ ਟੂ ਫਾਈਂਡ ਦ ਐਕਚੁਅਲ ਰਿਕਾਰਡ অর ਕੰਬੀਨੇਸ਼ਨ ਆਫ ਰਿਕਾਰਡਸ ਇਨ ਫਿਜ਼ੀਕਲ ਸਟੋਰੇਜ ਥੈਟ ਜਿਹੜਾ ਡਾਟਾ ਤੁਹਾਡਾ ਉਹ ਫਿਜ਼ੀਕਲ ਸਟੋਰੇਜ ਦੇ ਉੱਤੇ ਸਟੋਰ ਹੋਇਆ ਹੋਇਆ ਤੇ ਉਹ ਉਹਨੂੰ ਲੌਜੀਕਲ ਰਿਕਾਰਡ जरा है कंसैपचुअल स्कीम से तो वही तो डाटा लैके उन्होंने रिट्रीव करके पहला फिजिकल टू कंसैपचुअल मैपिंग होगी फिर उस तो बाद बादसैपचुअल और एक्सटर्नल मैपिंग होके व्यू यूजर्स न हो जाएगा डाटा उसद हैगा अपना डाटा इंडिपेंडेंस अचीवमेंट ऑफ लेयर्ड आर्कीटेक्चर ऑफ डी बी एम एस दो तरह के डाटा इंडिपेंडेंस होंगे लॉजिकल डाटा इंडिपेंडेंस फिजिकल डाटा इंडिपेंडेंस लॉजिकल डाटा इंडिपेंडेंस होंगे भी अगर तुम कंसैपचुअल स्कीम जो है चेंज किया यानी अगर सपोज uh, ये नेम जरा है आप ट्वेंटी करैक्टर्स हैं हम आप ट्वेंटी फाइव करैक्टर्स करने ने तो बस कंसैपचुअल से जाके चेंज कर दोस्टरनल लैवल से कोई इफेक्ट नहीं पेगा ठीक है तो इट द चेंजिज वुड बी एब्सॉल्व बाय द मैपिंग बिटवीन एक्सटर्नल एंड कंसैपचुअल लॉजिकल डाटा इंडिपेंडेंस ऑलसो इंसुलेट्स एप्लीकेशन प्रोग्राम फॉर ऑपरेशन एज कंबाइनिंग टू रिकॉर्ड्स ये अगे जाके है भी दो रिकॉर्ड्स कंबाइन कर दो है ना एगजिस्टिंग तो यह मतलब यह है कि अगर आपने कुछ कंसैपचुअल डाटा चेंजिस् कितिया ने वो अपना एक्सटर्नल वाले फर्क नहीं पाएगा इस तरह मैपिंग हो जाएगी यही फिजिकल डाटा इंडिपेंडेंस जरा होंगे है भी अगर तुम कल हार्ड डिस्क अपनी चेंज हो ज़्यादा स्टोरेज uh, वाली लेनी हो या कुछ भी चेंजेस कर uh, so, हो फिजिकल डाटा स्टोरेज दंसैपचुअल डाटा फर्क नहीं पेगा सो इट वुड बी चेंज विदाउट अफेक्टिंग कंसैपचुअल स्कीम द चेंज वर्ड बी अबसोर्व बाय द मैपिंग वो मैपिंग हो जाएगी कंसैपचुअल तो इंटरनल स्कीम अगर अपने वो uh, की कहें कोई डा uh, जिम्मे ट्वेंटी करैक्टर्स का सम हूं ट्वेंटी फाइव करैक्टर तो अपने आप ही इंटरनल स्टोरेज ट्वेंटी फाइव करैक्ट का ले लेगा so internal level of database or mapping or transformation from conceptual level to database internal level ho jayega so conceptual level to internal level mapping there provides means to go from conceptual view to the internal hence to store data in the database so us way nal hi wo data jera database ch apne store ho jayega so in this way uh, physical independent which is the physical data independence So I hope that you all have got this concept. Thank you.